बस अल्लाह का करम है तुहाडे वर्गे भरावां दीआं दुआवां ने। मेरे कोल भाजी पतीले ने, प्याला है, टोकरी है, मिर्चां लई बर्तन है, पैसे रखण वाला ठीप है। महंगी डिश है भाजी, ये नहीं तुहाडे कोल खाधी जाणी। साडा तो भाजी तुसीं खाण डए हो, ते तुसीं मगज अपना तुसीं यार गल करन। की भाजी मगज क्या आया, तू मोबाइला की दुकान बनाई है यार, कैसी गल करी जाने मगज। वालेकुम अस्सलाम। खैरा भाजी की हाल। बड़ा नाम सुन के आए तुहाडा, इमरान होटल। मैं कहा चलो जी जी, पूरे चाल फैसलाबाद ते मशहूर है जी इमरान होटल। बस अल्लाह का करम है तुहाडे वर्गे भरावां दीआं दुआवां ने। मेरे कोल भाजी पतीले ने, प्याला है, टोकरी है, मिर्चां लई बर्तन है, पैसे रखण वाला ठीप है, डोंगा जिहा हैगा ते 6-7 पतीले ने ते 150 प्लेट पई है। धोणे तुसीं भाजी? छोटे पाए ने, वड्डे पाए ने भाजी, मगज है, लाल बोटी है, खादे हलीम है, चने ने, दाल माछ है, दाल अपना फ्राई भी है, ते चने अंडा, चने अंडा जी। भाजी एक मगज कर दियो। अच्छा जी, एक लाल बोटी कर दियो, एक हलीम कर दियो। नहीं मगज तुसी खाण? हां जी, असि नहीं देना। क्यों, की गल है? नहीं भाजी तुहाडा मुंह ही नहीं मगज खाण वाला, तुसी साडे ते पांडे होवे, मजाक नहीं करीदा हुंदा। जिहड़ी चीज खानी होवे ओह मंगी दी हुंदी। भाजी मगज खाणा आ, मगज 63 लाख दा हुंदा, कदे कैसी गल करी भाजी? भी असी ऑपरेशन करवा के विच मगज रखाउणा आ, इत्थों लैणा ही आ। इह महंगी डिश है भाजी, इह नहीं तुहाडे कोल खाधी जाणी। असी उह न्याणे रख दईए गिरवी। भाजी असी पक्के दा मगज खाणा तुहाडा नहीं। साडा ते भाजी तुसीं खाण डए हो, ते तुसीं मगज अपना, तुसीं चाचा जी चादर लाओ जरा, साहब है तुहानूं ते पाए ना, वाकई तुसीं खाणा जी? हां जी। ते ओह कौन ने नाल? हलीम खाना है ते यार दोस्त है, ਤੁਸੀਂ ਦੋ ਮਗਜ਼ ਲੈ ਲਓ ਨਾ। ਨਹੀਂ ਦੋ ਨਹੀਂ ਨਾ ਲੈਣੇ ਆ ਕੇ ਭਾਜੀ। ਤੇ ਫਿਰ ਤੁਸੀਂ ਇਸ ਤਰ੍ਹਾਂ ਕਰੋ, ਇੱਕ ਸਸਤਾ ਮਗਜ਼ ਪਾਗਲ ਉਹ ਮੈਂ ਪਾ ਦਿੰਦਾ ਤੁਹਾਨੂੰ। ਦਿਮਾਗ ਪਾਗਲ ਵੀ ਹੁੰਦਾ ਨਾ ਇੱਕ, ਪਾਗਲ ਉਹ ਸਸਤਾ ਮਿਲਦਾ ਜ਼ਰਾ। ਚਾਚਾ ਉਹ ਬੱਕਰਾ ਟੁੱਡਾ ਮਾਰਦਾ ਪਾਗਲ ਹੀ ਹੁੰਦਾ। ਹਾਂਜੀ ਹਾਂਜੀ ਹਾਂ। ਤੇ ਤੁਸੀਂ ਹੁਣ ਭਾਜੀ ਇਸ ਤਰ੍ਹਾਂ ਕਰੋ, ਪਾਵੇ ਖਾ ਲਓ ਤੁਸੀਂ। ਨਹੀਂ ਤੁਸੀਂ ਉਹ ਮਗਜ਼ ਦੇ ਦਿਓ, ਮਗਜ਼ ਇੱਕ ਇੱਕ ਮਗਜ਼ ਦੇ ਦਿਓ, ਇੱਕ ਹਲੀਮ ਦੇ ਦਿਓ। ਹਾਂ ਤੇ ਰਾਇਤਾ ਸਲਾਦ ਨਾਲ ਦੇ ਦੇਣਾ। ਅੱਛਾ ਤੇ ਭਾਜੀ ਤੁਸੀਂ ਨਾ ਜੇਬ ਚੈੱਕ ਕਰ ਲਓ, ਪੈਸੇ ਆਏ ਨੇ ਪਤਾ ਕੀ ਪਾਇਆ ਨੇ ਤੁਹਾਡਾ ਮੂੰਹ ਨਹੀਂ ਮੈਨੂੰ ਲੱਗਦਾ ਵੀ ਮਹਿੰਗੀ ਚੀਜ਼ ਖਾਧੀ ਹੋਏਗੀ ਤੁਸੀਂ। ਬਾਅਦ ਚ ਅਸੀਂ ਦੇ ਕੇ ਤੁਹਾਡੇ ਪਿੱਛੇ ਦੌੜਦੇ ਫਿਰੀਏ, ਕੌਣ ਜ਼ਿੰਮੇਦਾਰ ਹੈ ਭਾਜੀ? ਭਾਜੀ ਕੈਸੀ ਗੱਲ ਕਰੀ ਜਾਣ ਰਹੇ ਆ ਤੁਸੀਂ।
ਪੈਸੇ ਹੈ ਨੇ ਤੁਹਾਡੇ ਕੋਲ ਕਾਹਦੇ ਵਾਸਤੇ ਇੰਨਾ ਮਲਕ ਇਕੱਠਾ ਕੀਤਾ ਹੈ ਸੌਦਾ ਦੇਣਾ ਦਿਓ ਨੇ ਤਾਂ ਜਵਾਬ ਦਿਓ ਉਹ ਸਾਰੇ ਭਾਜੀ ਖਾ ਕੇ ਖਲੋਤੇ ਨੇ ਦੱਸਦਾ ਆ ਕੇ ਤੁਸੀਂ ਵੀ ਭਾਜੀ ਹਲੀਮ ਖਾਓਗੇ ਫਿਰ ਮੈਂ ਹਲੀਮ ਨਹੀਂ ਖਾਣਾ ਮੈਂ ਲਾਲ ਕੋਟੀ ਖਾਣੀ ਉਹ ਕਹਿਣ ਦੇ ਜਿੰਨੇ ਪੈਸੇ ਦੇਣੇ ਤੂੰ ਪੈਸੇ ਦੇਣੇ ਆ ਫਿਰ ਆਈ ਨਾ ਓਕੇ ਕਹਿਣ ਦਾ ਤੇਰਾ ਮੂੰਹ ਤੇਰਾ ਚੰਡਾ ਖਾਣ ਵਾਲਾ ਆ ਮੰਗਣ ਤੂੰ ਲਾਲ ਕੋਟੀ ਦੇ ਮੰਗ ਚ ਖਾਣੇ ਆ ਮੰਗ ਖਾਣੇ ਆ ਤੇਰਾ ਵਰਗਾ ਚਟਨੀ ਚੁੱਪ ਕਰ ਜਾ ਚਟਨੀ ਨਾਲ 6 ਰੋਟੀਆਂ ਖਾਂਦਾ ਹੁੰਦਾ ਦਿਓ ਜੀ ਭਾਜੀ ਤੁਸੀਂ ਇਸ ਤਰ੍ਹਾਂ ਕਰੋ ਦੋ ਮਗਜ਼ ਤੇ ਲੈ ਲਓ ਵੀ ਬੰਦਾ ਹੀ ਆ ਯਾਰ ਇਨਸਾਨ ਹੈ ਯਾਰ ਤੂੰ ਚਾਹੁੰਦਾ ਨਹੀਂ ਤੇਰਾ ਸਮਾਨ ਵੀ ਕਿ ਤੈਨੂੰ ਇਸ ਗੱਲ ਦੇ ਨਾਲ ਕੀ ਆ ਵੀ ਅਸੀਂ ਇੱਕ ਲਈਏ ਦੋ ਲਈਏ ਤੁਸਾਨੂੰ ਇੱਕ ਮਗਜ਼ ਤੇ ਹਲੀਮ ਦੇ ਤੂੰ ਫਿਰ ਇਹਨੂੰ ਉਹ ਸੜਕੋਂ ਪਾਰ ਖੜਾ ਕਰ ਫਿਰ ਇੱਕ ਮਗਜ਼ ਖਾਣਾ ਤੇ ਉਹ ਮੂੰਹ ਅੱਗੇ ਕੋਲ ਬਹਿ ਕੇ ਮੂੰਹ ਵੱਲ ਵੇਖੇ ਗਏ ਤੇ ਜ਼ਿਆਦਤੀ ਹੈ ਯਾਰ ਕੋਈ ਗੱਲ ਨਹੀਂ ਉਹ ਦੇਖਦਾ ਆਇਆ ਤੁਸੀਂ ਦਿਓ ਚਲੋ ਸਾਨੂੰ ਕੀ ਅਸੀਂ ਭਾਈ ਇੱਕ ਮਗਜ਼ ਦੇ ਦਿੰਦੇ ਸਾਨੂੰ ਲਿਆ ਯਾਰ ਮਗਜ਼ ਫੜਾ ਇਹ ਚ ਰੱਖੋ ਪਹਿਲਾਂ ਤੇ ਨਾਲ ਥੋੜੇ ਚਨੇ ਦੇ ਦਿਓ ਜਿਹੜਾ ਚੈੱਕ ਕਰਾਉਣ ਵਾਸਤੇ ਹਲਕੇ ਜੇ ਅੱਛਾ ਨੇ ਵੀ ਨਾਲ ਲੈ ਲੈਣਾ ਕੋਈ ਗੱਲ ਲੇਕਿਨ ਮਗਜ਼ ਤੁਸੀਂ ਦੋ ਲੈ ਲਓ ਤੁਹਾਡੀ ਮਿਹਰਬਾਨੀ ਕਿਉਂਕਿ ਉਹ ਜਾਵੇ ਹਲੀਮ ਦੋ ਕਰ ਲਓ ਯਾਰ ਹਲੀਮ ਕਿਉਂ ਦੋ ਕਰ ਤੂੰ ਮਗਜ਼ ਦੇਖ ਤੂੰ ਵੀ ਹਲੀਮ ਖਾ ਲਾ ਪੈਸੇ ਦੇਣੇ ਤੂੰ ਪੈਸੇ ਲੈ ਆਪਣੇ ਮੈਂ ਜੀ ਮੈਂ ਤੇ ਪੈਸੇ ਲੈ ਹੀ ਲੈਣੇ ਨੇ ਮੈਂ ਤਾਂ ਫਿਰ ਤੁਸੀਂ ਦਿਓ ਜੇ ਮੈਂ ਤਾਂ ਕੋਟ ਵੀ ਲਾ ਕੇ ਰੱਖ ਲੈਣਾ ਤੁਹਾਡਾ ਇੱਥੇ ਕੋਟ ਕਿਉਂ ਪੂਰਾ ਨਹੀਂ ਸਾਨੂੰ ਲਾ ਲੈਣਾ ਤੁਸੀਂ ਪੈਸੇ ਨਹੀਂ ਤੁਹਾਡੇ ਕੋਲ ਮੈਨੂੰ ਲੱਗਦਾ ਹੀ ਨਹੀਂ ਹੁਣ ਹੈਗੇ ਆ ਪੈਸੇ ਪੈਸੇ ਹੁੰਦੇ ਤਾਂ ਭਾਜੀ ਤੁਸੀਂ ਕਟਿੰਗ ਨਾ ਕਰਾਉਂਦੇ ਆਪਣੀ ਮਤਲਬ ਉਹ ਕਾਫੀ ਫ੍ਰੀ ਹੋਈ ਜਾ ਰਿਹਾ ਫਜ਼ੂਲ ਦੇ ਵਿੱਚ ਨਾ ਮੈਂ ਤਾਂ ਹਿਸਾਬ ਹੀ ਲਾਉਂਦੇ ਆ ਭਾਜੀ ਹਿਸਾਬ ਲਾਉਂਦੇ ਆ ਵਾਲ ਹੈ ਨਹੀਂ ਪੈਸੇ ਹੈਗੇ ਆ ਤੇ ਦੱਸੋ ਜੇ ਤੇ ਵਾਲ ਹੈ ਨਹੀਂ ਉਹ ਕੋ ਪੈਸੇ ਕਿੱਥੋਂ ਹੋਣਗੇ ਤੁਸੀਂ ਯਾਰ ਗੱਲ ਕਰਨ ਦਿਓ ਭਾਜੀ ਕੀ ਭਾਜੀ ਮਗਜ਼ ਕਿਹਾ ਆ ਤੂੰ ਮੋਬਾਈਲਾਂ ਦੀ ਦੁਕਾਨ ਬਣਾਈ ਹੈ ਯਾਰ ਕੈਸੀ ਗੱਲ ਕਰੀ ਜਾਣਦੇ ਮਗਜ਼ ਕਹੀ ਜਾਣਦੇ ਆ ਉੱਥੇ ਕੀ ਪੁੱਛੀ ਨਾ ਕੀ ਭਾਜੀ ਕੀ ਭਾਜੀ ਹੱਥ ਪਿੱਛੇ ਰੱਖ ਮਗਜ਼ ਖਾਣਾ ਤੇਰੇ ਵਰਗੇ ਪਾਵਾ ਕੱਢ ਕੇ ਜੇਬ ਚ ਪਾ ਲੈਂਦੇ ਹੁੰਦੇ ਬੜੀ ਗੱਲ ਦੂਜੀ ਜੇਬ ਚ ਛੋਰਾ ਪਵਾ ਲੈਣਾ ਵੀ ਜਿਹੜਾ ਮੈਂ ਤੁਹਾਨੂੰ ਸੱਤ ਬਿਠਾ ਦਿੱਤਾ ਸੀ ਵੀ ਉੱਤੇ ਬਹਿ ਕੇ ਖਾਓ ਤੁਸੀਂ ਟੇਬਲ ਤੇ ਖਾਲੀ ਹੈ ਸਾਫ਼ ਤੁਸੀਂ ਆਪ ਕਰ ਲਓ ਨਹੀਂ ਮਤਲਬ ਤੁਸੀਂ ਵੀ ਭਰਾ ਹੀ ਹੋ ਸਾਡੇ ਕਰ ਦੇਣਾ ਮੁੰਡਿਆ ਓਕੇ ਮੁੰਡਾ ਕਿਹੜਾ ਜਾਵਾ ਜਾ ਯਾਰ ਪੁੱਤਰ ਮਾਰ ਕਪੜਾ ਉੱਤੇ ਜ਼ਰਾ ਇਹ ਭਾਈ ਹੁਣਾਂ ਕੋ ਟੇਬਲ ਸਾਫ਼ ਕਰ ਯਾਰ ਨਾਲੇ ਅੱਛੀ ਤਰ੍ਹਾਂ ਇਹਨਾਂ ਦੀ ਤਲਾਸ਼ੀ ਵੀ ਲੈ ਲਈ ਪੈਸੇ ਹੈ ਕਿ ਨਹੀਂ ਅਸੀਂ ਕਾਹਦੇ ਕੀ ਗੱਲ ਅਸੀਂ ਅੰਦਰੋਂ ਨਿਕਲੇ ਆ ਯਾਰ ਮੇਰਾ ਮਤਲਬ ਪੈਸੇ ਹੈ ਨੇ ਕੋਲ ਪੈਸੇ ਹੈ ਤਾਂ ਅਸੀਂ ਹੋਰ ਨਿਆਣੇ ਲੱਗ ਕੇ ਜਾਣੇ ਯਾਰ ਤੇਰੇ ਕੋਲ ਨਿਆਣੇ ਇੱਕ ਪਾਇਆ ਦੋ ਪਰ ਉਹੀ ਗੱਲ ਕਰੀ ਜਾਂਦਾ ਪੈਸੇ ਹੈਗੇ ਪੈਸੇ ਹੈਗੇ ਪੈਸੇ ਦੇਣੇ ਹੀ ਆ ਤੈਨੂੰ ਟੇਬਲ ਸਾਫ਼ ਕਰਾਈ ਯਾਰ ਪੈਸੇ ਤੁਸੀਂ ਦੇਣੇ ਹਨ ਤੇ ਮਗਜ਼ ਦੋ ਲੈ ਲਓ ਉਹ ਭਾਈ ਤੇਰੇ ਦੋਸਤ ਬੱਕਰਿਆਂ ਦੇ ਆ ਤੇ ਕੋ ਦੋ ਹੀ ਬੱਕਰੇ ਪਏ ਆ ਤੇਰੇ ਬੱਕਰੇ ਦੋਸਤ ਆ ਤੂੰ ਇੱਕੋ ਵਾਰੀ ਵੇਚਣੇ ਆ ਸਾਨੂੰ ਕੋਨੇ ਹਲੀ ਖਾ ਲੈਣਾ ਯਾਰ ਭਾਈ ਪਹਿਲੇ ਵੀ ਕਦੀ ਗਾਹਕ ਆਏ ਆਪਣੇ ਕੋਲ ਕਿ ਨਹੀਂ ਨਹੀਂ ਨਾ ਆਏ ਨਾ ਸੁਣ ਕੇ ਆਇਆ ਯਾਰ ਪਹਿਲੇ ਅੱਲਾ ਮਾਵੀ ਮੇਰੀ ਇਹਦੇ ਬੈਗ ਖਲੋਂਦੀ ਆ ਤੁਸੀਂ ਜ਼ਰੂਰ ਕੁਝ ਖਾਣਾ ਭਾਈ ਹੱਥ ਕਰੋ ਤੇ ਤੁਹਾਡੇ ਕੋਲ ਪੈਸੇ ਨਹੀਂ ਤੁਸੀਂ ਜ਼ਾਇਗਾ ਚੈੱਕ ਕਰਕੇ ਨਿਕਲ ਜਾਓ ਬਸ ਫਿਰ ਜਦੋਂ ਜਦੋਂ ਅੱਲਾ ਦੇ ਗੱਲ ਸੁਣੋ ਕਮੇਟੀ ਪਾ ਲਓ ਜਦੋਂ ਕਮੇਟੀ ਨਿਕਲੇਗੀ ਆ ਕੇ ਤੁਸੀਂ ਮਗਜ਼ ਖਾ ਲੈਣਾ ਇਹ ਮਗਜ਼ ਮੈਂ ਤੁਹਾਡਾ ਨਾਂ ਲਿਖ ਕੇ ਨਾ ਇੱਥੇ ਰੱਖ ਦੇਣਾ ਵੀ ਇਹ ਭਾਈ ਨੇ ਖਾਣਾ ਤੁਸੀਂ ਗਹਿਰੇ ਮਗਜ਼ ਵੀ ਦੇ ਦਿਓ ਹਲੀਮ ਵੀ ਦੇ ਦਿਓ ਨਾਲ ਥੋੜੇ ਦੇਣੇ ਨਹੀਂ ਹੈਗੇ ਤੂੰ ਕੋਠਾ ਲਿਪਣਾ ਹਲੀਮ ਦੇ ਨਾਲ ਯਾਰ ਤੁਸੀਂ ਕਹਿੰਦੇ ਨਾਲ ਥੋੜੇ ਜਿਹੇ ਚਨੇ ਵੀ ਦੇ ਦਿਓ ਚਨੇ ਦੇ ਦੇ ਥੋੜੇ ਜਿਹੇ ਅਸੀਂ ਖਾਣੇ ਆ ਗਿੰਨੇ ਆ ਉਹ ਤੇ ਤੋਂ ਇੰਜ ਲੱਗਦਾ ਮੰਗਣ ਵਾਲਾ ਮੰਗਣ ਤੇਰੇ ਮੂੰਹ ਤੋਂ ਲੱਗਦਾ ਵੀ ਦੇ ਦੇ ਫਿਰ ਉਹ ਕਾਲਾ ਤਾਂ ਨੇ ਬੜੀਆਂ ਸਲੂਟ ਮਾਰਨ ਦੇ ਆ ਹਾਂ ਤੇ ਚੱਕੇ ਮਾਰੀ ਜਾਣ ਦੇ ਆ ਸਾਲਣ ਪਾ ਦਿੱਤਾ ਤੁਸੀਂ ਪੈਸੇ ਵਿਖਾ ਦਿਓ ਮੈਨੂੰ ਵਿਖਾ ਕੇ ਜੇਬ ਚ ਪਾ ਲਓ ਨਾ ਨਹੀਂ ਨਹੀਂ ਮੈਨੂੰ ਪਤਾ ਨਹੀਂ ਮਿਹਰਬਾਨੀ ਦੇ ਨਾਲ ਨੰਬਰ ਆਦਮੀ ਆ ਕਾਹਦਾ ਨੰਬਰ ਤੈਨੂੰ ਕਿਹੜਾ ਫੌਜੀ ਸਲਾਮੀ ਦਿੰਦੇ ਹਲੀਮ ਰਹਿਣ ਦਿਓ ਕੱਲਾ ਮਗਜ਼ ਦਿਓ ਉਹਨੂੰ ਹਲੀਮ ਨਹੀਂ ਖਵਾਉਣਾ ਹੁਣ ਮੰਗ ਕੇ ਖਾਣ ਦੀ ਆਦਤ ਆਪ ਖਾ ਲੇਗਾ ਭਾਜੀ ਅਸੀਂ ਦੇ ਬੈਠੇ ਆ ਬੰਦੇ ਨੂੰ ਤੁਸੀਂ ਜਾਓ ਤੁਹਾਡੀ ਮਿਹਰਬਾਨੀ ਛੱਡ ਦਿਓ ਤੁਸੀਂ ਇਹਦੀ ਕਿਹੜੀ ਗੱਲ ਭਾਈ ਅਸੀਂ ਮਾਨਾ ਨਾਮ ਸੁਣ ਕੇ ਆਏ ਵੀ ਇਮਰਾਨ ਹੋਟਲ ਝਾਲ ਤੇ ਕੋ ਹੋਟਲ ਆ ਹਾਂਜੀ ਹਾਂਜੀ ਬੜੇ ਸੁਰੀਲੇ ਖਾਣੇ ਹੁੰਦੇ ਸਾਰੇ 24 ਆਵਰ ਹੋਟਲ ਲਈ 24 ਘੰਟੇ ਖੁੱਲਾ ਹੁੰਦਾ ਭਾਜੀ ਜਦੋਂ ਵੀ ਕੁਝ ਖਾਣਾ ਹੋਵੇ ਤੁਸੀਂ ਇੱਥੇ ਆਓ ਕਿਉਂ ਖੁੱਲਾ ਹੁੰਦਾ ਕੋਈ ਗਲੀ ਲੱਗਦੀ ਇੱਧਰ ਦੀ ਬੰਦ ਕਰਿਆ ਕਰੋ ਬੰਦ ਕੱਲ ਹੀ ਕਰੀਏ ਭਾਜੀ ਅਸੀਂ ਬੰਦ ਕਰੀਏ ਤੁਸੀਂ ਤਾਲਾ ਤੋੜਨ ਆ ਜਾਓ ਕੌਣ ਜ਼ਿੰਮੇਦਾਰ ਤਾਲਾ ਕੋ ਤੋੜਨ ਮੈਂ ਆ ਆ ਚਲੋ ਭਾਜੀ
चने भी चने दे यार पा के थोड़े जे ओजरी है भाजी दो बोटियां पा दे गल सुनो भाजी मगज ते मगज किन्ने दा भाजी ढाई सौ का मगज है असल बंदे दा है बकरा पढ़िया लिखिया जिहदा मगज है उन्हें बी ए किया फिर बेचारा फौत होया ते ओह दा मगज बकरे दे दोवें आपस च फिरन डे जे एवी रौला पाया तुसीं चलो मगज खाना भाजी चाह दा कह देना मगज दे नाल ही सारा कुछ खाना के जेब च पाउणा हौली हौली खाने हौली हौली की महीना हो गया हलीम खत्म हो गया भाजी होर कुछ वेख इमरान जे इमरान भाई मेरा नाम जे इमरान होटल अपना माशाल्लाह गल पता की हर बंदा पैसे की खातर काम करता ओ यार पैसे ही है पैसे पैसे करी जान दे आ पैसे ही है ए तो पर अब बिजली दे बिल रखे असी हद हो गई ओए आहो हैगे ओए वाह जी वाह ओए किन्ने दिते ओए हैं के कोल हुन मैं बंदा लै गया मैं तेरे को भी इन्ने दिते नहीं सानू मुड़ के पुलिस आ जांदी हुंदी इस वास्ते भाई इतना फ्री होण दे तू सानू सामान दे दे देने भाजी एक अच्छा पाए नहीं खाने पाए खा लो एक तुसी पाए मिठे चौल क्यों भाजी वलीमे ते आए मिठे चौल होंदे ने भाजी हुण खत्म हो गए रात नूं आउण डे हो ते दही हैगा दही तुसी कुत्ते छड़ने होते दही की करना जी दही रायता रायता भाजी हुंदा जी नहीं भी दही भी सादा हुंदा है सादा दही नहीं हुंदा भाजी रायता करनी है करो रोटी खाने की गल रायता पा दियो भाजी रायता पा देने भाजी हां हेलो जी थोड़ा थोड़ा और पा दियो की थोड़ा थोड़ा और पा जेब करो रे जेब च पा लो प्याले च तो पाता मैं भाजी थोड़ा जा पा जा तू यार पाया भाजी तुसी खाना खाओ नहीं तो सारे गाहक तुसी ना मेरा होटल अंगेज कर देता तुसी रोटी भाजी तेरा रेडी जी लाउणा है रोटी रेडी ला रोटियां ला दे पुत्र दो ए ने चार लवा दे चार लवा दे चार रोटियां चार रोटियां लवा दे चार खानियां के बजाउणियां भाजी आपस च तुसी ओ गरम गरम आउंदी हुंदी नाल नाल खाई जाना तुसी 7 अप केड़ी आपणे कोल 7 अप भाजी पैसे वाली पैसे दोगे तो 7 अप मिल जाएगा यार पैसे तेरे दिखाए नहीं हैगे गजनी है तेरी गल समझ नहीं आउण दी तू दलील ही करी जान दिया यार दो तू को दो खाना भी है कुछ के नहीं जा अपना खाना लेके जा जा तू जा असी तेनु लेन गए जा तू जा होटल बंद हो गए दुकान बंद हो गई चलो तुसी तू तवी तमीज ना गल करी तेन मैं दसा तू ना मैं जानदा नहीं तू मैनू कौन मारेगा थप्पड़ थे तू मैं मैं देख दे तेरा कीमा कर देना तेन मैं दस रोंदा तू लै तू एडा कमेटी वाला दुकान बंद करानी है खुली है दुकान करा बंद तेन की इसलिए हसन डे ने तेरे सिर चो हरी मेरे चो उग पी ने निकलन डे ने गल तू पैसे पहले देंगे तो रोटी मिलनी तेन रोटी दी दिती है तू दिती रोटी दा मैं पा के नहीं रखया सालन पा के नहीं रखया डेढ़ घंटा हो गया रमजान रोटी ले आया रमजान रोटी रोटी तेरी कुआची है तू भी ओनू नाल लाया इनू हलीम दे दे मेनू पाए दे दे मेनू मगज दे दे तेनू मगज दे दा तेरे च वैगन वजी मस्कीन नाल आया ओनू भी तू जिन्ने खाण आउंदे एक्सीडेंट वाले आउंदे एक्सीडेंटल ओ जेड़े नाल आउंदे ओना नू भी अगले मगज ही खवाउंदे तेरे वांगू हलीम नहीं खवाउंदे ओनू ਦਾ
तू निबड़ी तेन मैं पता नहीं हजे है तेन तेन मेरा नहीं पता फिर कर फोन तेरे फोन जिम्मे जिम्मे जेब च पैसे नहीं है फोन च भी नहीं होने ਅਸੀਂ ਨਹੀਂ ਦੇਣਾ ਭਾਈ ਜਾਓ ਤੈਨੂੰ ਪਤਾ ਨੀ ਮੈਨੂੰ ਕਿੰਨੀ ਭੁੱਖ ਲੱਗੀ ਤੇਰੀ ਵਜ੍ਹਾ ਤੋਂ ਮੈਂ ਉੱਥੋਂ ਰੋਟੀ ਨਹੀਂ ਖਾਂਦੀ ਕਿੱਥੋਂ ਸਿਰਫ ਤੁਹਾਡਾ ਨਾਂ ਸੁਣ ਕੇ ਵੀ ਤੁਹਾਡਾ ਨਾਂ ਇੱਥੇ ਬੜਾ ਆ ਮੈਂ ਕਿਹਾ ਸੀ ਉੱਥੇ ਚੱਲੀਏ ਦੂਸਰੇ ਹੋਟਲ ਤੇ ਨਹੀਂ ਜੀ ਇਮਰਾਨ ਹੋਟਲ ਤੇ ਜਾਣਾ ਆ ਲਓ ਇਮਰਾਨ ਹੋਟਲ ਚਲੋ ਭਾਜੀ ਹੈਲੋ ਤੁਸੀਂ ਪੈਸੇ ਬਾਅਦ ਚ ਭਾਵੇਂ ਦੇ ਦੇਣਾ ਇਹ ਰੋਟੀ ਖਾਓ ਤੇ ਮਿਹਰਬਾਨੀ ਤੁਹਾਡੀ ਹੈਲੋ ਰੋਟੀ ਭਾਜੀ ਜਰਾ ਛੰਡ ਕੇ ਲਵਾ ਦੇਣਾ ਹੈਲੋ ਹੁਣ ਰੋਟੀ ਵੀ ਛੰਡ ਕੇ ਲਵਾਓ ਓ ਯਾਰ ਰੋਟੀ ਛੰਡ ਕੇ ਲੱਗਦੀ ਆ ਹੋਰ ਚੁੱਪ ਕੀਤੇ ਲੱਗਦੀ ਓ ਜਿਹੜੀ ਲੱਗੀ ਉਹ ਖਾਓ ਹਾਂ ਤੁਸੀਂ ਚਲ ਨਾਨ ਹੈਗੇ ਆ ਨਾਨ ਵੀ ਹੈ ਨਾਨ ਜਿਹੜੇ ਜੇ ਕਰਦੇ ਜਰਾ ਹੈ ਲੋ ਹੁਣ ਨਾਨ ਵੀ ਖਾਏਗਾ ਅੱਡ ਹੋ ਗਈ ਹੈ ਯਾਰ ਇਹ ਕਿਹੜੀ ਗੱਲ ਆ ਤੁਸੀਂ ਯਾਰ ਨਾਨ ਨਾ ਖਾਓ ਭਾਜੀ ਰੋਟੀ ਲੈ ਲਓ ਤੁਹਾਡੀ ਮਿਹਰਬਾਨੀ ਉਹ ਭਾਈ ਤੇ ਬੰਦੇ ਸੱਤ ਲੱਗੀ ਆ ਤੇ ਤੂੰ ਆਪਣਾ ਸੌਦਾ ਵੇਚਣਾ ਨਹੀਂਗਾ ਉਹ ਵੇਚਣਾ ਭਾਈ ਤੁਹਾਨੂੰ ਯਾਰ ਤੁਹਾਨੂੰ ਸੌਦਾ ਖਰੀਦਣਾ ਹੀ ਨਹੀਂ ਆਉਂਦਾ ਖਰੀਦਣਾ ਯਾਰ ਤੈਨੂੰ ਨਹੀਂ ਵੇਚਣਾ ਆਉਂਦਾ ਹੈਗਾ ਤੈਨੂੰ ਅਕਲ ਤੈਨੂੰ ਨਹੀਂ ਹੈਗੀ ਤੇਰੇ ਪੈਸੇ ਦੇਣ ਦੇ ਤੂੰ ਆਪਣੇ ਆਪ ਚ ਬੜਿਆ ਕੇ ਫਿਰ ਰਹਿ ਮੈਂ ਨਹੀਂ ਵੇਚਣਾ ਮੈਂ ਨਿਕਲ ਤੈਨੂੰ ਮੈਂ ਦੱਸਾਂ ਫਿਰ ਤੈਨੂੰ ਕੀ ਕਰਨਾ ਤੈਨੂੰ ਤੂੰ ਕੀ ਕੀ ਕਰੇਗਾ ਤੂੰ ਕੀ ਕਰੇਗਾ ਮੈਨੂੰ ਕੀ ਕਰੇਗਾ ਅਰੇ ਫੜ ਕਰ